ਅਸਲਾਮ ਵਾਲੇਕਮ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਟੀ ਵੀ ਅਤੇ ਮੇਰਾ ਮੇਜ਼ਬਾਨ ਅਫਜ਼ਾਲ ਅਹਿਮਦ। ਅੱਜ ਦੀ ਵੀਡੀਓ 'ਚ ਮਾਸ਼ਾਅੱਲਾ ਜਨਾਬ 4 ਵੈੜਾਂ ਨੇ, 1 ਵੈੜੀ ਮਾਸ਼ਾਅੱਲਾ ਜਨਾਬ ਡਿਲੀਵਰ ਹੋਈ ਹੈ ਔਰ 3 ਵੈੜਾਂ ਮਾਸ਼ਾਅੱਲਾ ਜਨਾਬ ਤਿਆਰ ਨੇ। ਸਭ ਤੋਂ ਪਹਿਲੇ ਮੇਰਾ ਕੈਮਰਾਮੈਨ ਜਨਾਬ ਤੁਹਾਨੂੰ ਵੈੜਾਂ ਦਿਖਾਏਗਾ ਅਤੇ ਮਜ਼ੀਦ ਗੱਲਬਾਤ ਕਰਾਂਗੇ ਮਾਲਕ ਦੇ ਨਾਲ ਕਿ ਇਹਨਾਂ ਦੀ ਡਿਮਾਂਡ ਕਰਨੀ। ਦਿਖਾਓ ਜੀ ਪਹਿਲੇ ਨੰਬਰ ਦਾ ਜਾਨਵਰ, ਦਿਖਾਓ ਅਲੱਗ ਕੁਆਲਿਟੀ ਦੇ ਜਾਨਵਰ ਮਿਲਦੇ ਨੇ ਜਨਾਬ ਆਪਣਾ ਪੰਜਾਬ ਟੀ ਵੀ ਦੇ ਪਹਿਲੇ ਨੰਬਰ ਦਾ ਮਾਸ਼ਾਅੱਲਾ ਜਨਾਬ ਬੜਾ ਖੂਬਸੂਰਤ ਰਸੀਨੋ ਜਮੀਲ ਮਾਸ਼ਾਅੱਲਾ ਜਨਾਬ ਜਾਨਵਰ ਬਾਈ ਸ਼ਾਇਦ ਪਹਿਲਾ ਜਾਨਵਰ ਹੈ। ਸਭ ਤੋਂ ਪਹਿਲੇ ਦੱਸਣਾ ਨਸਲ ਕਿਹੜੀ ਹੈ ਇਹਦੀ? ਸਭ ਤੋਂ ਪਹਿਲੇ ਸਾਰੇ ਭਰਾਵਾਂ ਨੂੰ ਸਲਾਮ ਆਖਾਂਗੇ। ਹਾਂ ਜੀ, ਵਾਲੇਕੁਮ ਸਲਾਮ ਜੀ, ਵਾਲੇਕੁਮ। ਜਿਹੜੇ ਭਰਾ ਸਾਡੀ ਵੀਡੀਓ ਵੇਖਦੇ ਨੇ ਜੀ, ਬਿਲਕੁਲ ਜੀ, ਉਹਨਾਂ ਸਾਰਿਆਂ ਭਰਾਵਾਂ ਨੂੰ ਜੀ, ਬਾਹਰ ਦੇ ਮੁਲਕਾਂ 'ਚ ਬੈਠੇ ਨੇ ਜਾਂ ਪਾਕਿਸਤਾਨ 'ਚ ਬੈਠੇ ਨੇ, ਸਾਰਿਆਂ ਭਰਾਵਾਂ ਨੂੰ ਸਲਾਮ ਆਖਣੀ। ਠੀਕ ਹੋ ਗਿਆ ਜੀ, ਉਸ ਤੋਂਬਾਅਦ ਅਗਾਂਹ ਚੱਲਾਂਗੇ ਜੀ। ਠੀਕ ਹੈ, ਹਾਂਜੀ ਕਰੋ ਜੀ ਬਿਸਮਿਲ੍ਲਾ। ਕਿਹੜੀ ਨਸਲ ਹੈ ਜੀ? ਇਹ ਭਾਜੀ ਜਰਸੀ ਅਤੇ ਚੋਲਸਤਾਨੀ। ਜਰਸੀ ਅਤੇ ਚੋਲਸਤਾਨੀ, ਜਰਸੀ ਅਤੇ ਚੋਲਸਤਾਨੀ। ਠੀਕ ਹੋ ਗਿਆ ਜੀ। ਵਾਰਾ ਕਿਤਵਾਂ ਡਿਲੀਵਰ ਕਰ ਦੀ ਬਾਈ ਸ਼ਾਹ? ਵਾਰਾ ਡਿਲੀਵਰ ਕਰੇ ਦੀ ਦੂਸਰਾ ਵਾਰਾ, ਦੂਸਰਾ ਵਾਰਾ ਦੇਣ ਬਾਈ ਸ਼ਾਹ। ਕਿੰਨੇ ਕੋ ਲੈਣੀ ਤੁਹਾਡੇ ਅੰਦਾਜ਼ ਦੇ ਮੁਤਾਬਕ? 4 ਲੈ ਜਾਵੇ, 5 ਲੈ ਜਾਵੇ, 3 ਲੈ ਜਾਵੇ। ਠੀਕ ਹੋ ਗਿਆ, ਅੱਲਾ ਦਾ ਨਿਜ਼ਾਮ ਹੈ, ਅੱਲਾ ਦਾ ਨਿਜ਼ਾਮ ਹੈ। ਕਿਉਂਕਿ ਸੋਹਣੀ ਗੱਲ ਵੀ ਬੜੀ ਹੈ, ਬਿਲਕੁਲ ਜੀ। 2 ਦਿਨਾਂ ਡੰਗਰ ਜਾਨਵਰ ਵਾਧਾ ਘਟਾ ਕਰਦੇ ਪਏ, ਕਰ ਜਾਂਦੇ ਨੇ, ਇਹਨਾਂ 'ਚ ਕੋਈ ਸ਼ੱਕ ਨਹੀਂ। ਤੇ ਥਣਾ ਛਣਾ ਦੀ ਕਲੀਅਰ ਹੈ? ਥਣਾ ਦੀ ਕਲੀਅਰ ਹੈ ਜੀ, ਛੱਟਾ ਹੋਵੇ, ਫੁਹਾਰਾ ਹੋਵੇ, ਕਿਸੇ ਥਣ ਦਾ ਜੀ ਵਾਧਾ ਘਾਟਾ ਨਿਕਲਿਆ ਆਪਾਂ ਉਹਦਾ ਜਵਾਬ ਦਾ। ਪਿਛਲੇ ਵਾਰੇ ਦਾ ਕੀ ਮਿਲਕ ਰਿਕਾਰਡ ਹੈ ਵੈਟ ਦਾ? ਥੋੜੀ ਥੋੜਾ ਜਿਹਾ ਵਾਧਾ ਰਿਕਾਰਡ ਹੈ ਇਹਦਾ, 23-24 ਲੀਟਰ ਦਾ ਜੀ। 23-24 ਲੀਟਰ, ਹਾਂਜੀ ਬਾਈ ਸ਼ਾਹ ਪਹਿਲਾ ਜਾਨਵਰ ਹੈ ਤੇ ਪਿਆਰ ਮੁਹੱਬਤ ਵਾਲੀ ਗੱਲ ਸੁਣਾਓ, ਰੇਟ ਲਾਓ ਜੀ ਵੈਟ ਨੰਬਰ 1 ਦਾ। ਬਈ ਅਫਜ਼ਾਲ, ਵੈਟ ਤੇ ਮੇਰੀ 5.5 ਲੱਖ ਦੀ। ਜਿਹੜੇ ਪੈਸੇ ਲੈ ਲੈਣੇ ਨੇ ਪਿਆਰ ਮੁਹੱਬਤ ਕਰਕੇ, ਸੋਹਣੀ ਜੀ ਗੱਲ ਕਰਨੀ, ਵੀਡੀਓ ਲੱਗਦੀ ਜਾਵੇ ਤਾਂ ਸੇਲ ਹੋ ਜਾਵੇ ਆਪਾਂ ਜੀ ਡਿਮਾਂਡ ਹੀ ਪੂਰੀ ਜੀ ਕਰੀ ਦੀ ਗਣੇ ਭਰਾ। ਕੁਝ ਅਗਲੇ ਦਿਨ ਵੀਡੀਓ ਤੇ ਨਾ ਅੱਜ ਵੀਡੀਓ ਲੱਗੀ ਤੇ ਕੱਲ ਫੋਨ ਕਰਨਗੇ ਤੇ ਜਾਨਵਰ ਸੇਲ ਹੋ ਜਾਂਦੇ ਯਾਰ। ਇਸ ਤਰੀਕੇ ਕਿਵੇਂ ਵੀ ਕੱਲ ਸ਼ਾਮ ਨੂੰ ਵੀਡੀਓ ਚੱਲੀ, ਅੱਜ ਸੇਲ ਵੀ ਹੋ ਗਏ। ਅੱਛਾ ਅੱਛਾ, ਆਪਣਾ ਮੁੱਲ ਹੀ ਉਹਨਾਂ ਕੋ ਹੁੰਦਾ ਜੀ। ਫਾਈਨਲ 5,20,000 ਰੁਪਇਆ ਲੈਣਾ। ਮੁਹੱਬਤ ਪਿਆਰ ਮਜ਼ੀਦ ਵੀ ਹੋ ਜਾ ਸੀ ਜੀ, ਥੋੜੀ ਗਣੀ ਕੋਈ ਭਰਾਵਾਂ ਨਾਲ ਮੌਕੇ ਤੇ ਕਰ ਲਵਾਂਗੇ। ਬੈਕ ਸਾਈਡ ਆਰਡਰ ਚੈੱਕ ਕਰਨਾ ਹੈ, ਦੇਣ ਬਾਈ ਸ਼ਾਹ ਦਾ ਕਹਿਣਾ 2-4 ਲੈ ਜਾਏਗੀ, ਮਜ਼ੀਦ ਵੀ ਇਨਸ਼ਾਅੱਲਾ ਆਰਡਰ ਜਿਹੜਾ ਸੋਹਣਾ ਬਣਾਵੇਗੀ। ਗੁੱਲ ਜਿਹੜਾ ਬੜਾ ਸੋਹਣਾ ਮਾਸ਼ਾਅੱਲਾ ਜਿਹੜਾ ਵਾਥਰੀ ਚੁਆਈ ਵਾਲਾ ਵਾਰਾ ਜਨਾਬ, ਇਹ ਦੂਸਰਾ ਡਿਲੀਵਰ ਕਰਦੀ ਜਿਸਮ ਦੀ ਚਮਕ ਬੜੀ ਜਾਨਵਰ ਦੀ ਬਾਡੀ ਵੇਟ ਸਭ ਤੋਂ ਜਿਹੜਾ ਅੱਛੀ ਗੱਲ ਹੈ ਜਨਾਬ, ਕ੍ਰਾਸ ਬਰੀਡ ਦਾ ਜਾਨਵਰ ਹੈ, ਗਰਮੀ ਸਰਦੀ ਬਰਦਾਸ਼ਤ ਕਰਨ ਵਾਲਾ ਨਿਕਾ ਟੋਰੀ ਵੀ ਪਰਾਂ। ਪਹਿਲੇ ਨੰਬਰ ਦਾ ਮਾਸ਼ਾਅੱਲਾ ਜਨਾਬ ਬੜਾ ਖੂਬਸੂਰਤ ਜਾਨਵਰ, ਚਲਾ ਫਰਾ ਕੇ ਜਨਾਬ ਦੋਸਤਾਂ ਦੀ ਸਾਰੀ ਤਸੱਲੀ। ਬਾਈ ਸ਼ਾਹ ਫਾਈਨਲ ਕਿੰਨਾ ਇਹਦਾ ਕਿਹਾ ਜੀ? 5,20,000 ਰੁਪਇਆ। 5,20,000, ਚਲੋ ਕੋਈ ਬਾਈ ਮੌਕੇ 'ਤੇ ਆਉਣਾ, ਮੁਹੱਬਤ ਪਿਆਰ ਜਿਹੜੀ ਹੈ ਨਾ ਜੀ ਜ਼ਰੂਰ ਕਰਨੀ ਹੈ, ਕਿਉਂਕਿ ਮੁਹੱਬਤ ਪਿਆਰ ਨਾਲ ਸਾਰੀ ਗੱਲਬਾਤ ਹੈ ਜੀ। ਬਿਲਕੁਲ ਜੀ, ਮੁਹੱਬਤ ਪਿਆਰ ਨਾਲ। ਲਓ ਜੀ ਵੈਟ ਨੰਬਰ 2 ਆ ਗਈ ਮਾਸ਼ਾਅੱਲਾ ਜੀ। ਬਾਈ ਸ਼ਾਹ ਦੀ ਕਿਹੜੀ ਨਸਲ ਹੈ? ਇਹ ਭਾਜੀ ਫ੍ਰੀਜ਼ਨ ਤੇ ਚੋਲਸਤਾਨੀ। ਫ੍ਰੀਜ਼ਨ ਤੇ ਚੋਲਸਤਾਨੀ ਹੈ ਹਾਂਜੀ। ਵਾਰਾ ਕਿਤਵਾ ਡਿਲੀਵਰ ਕਰ ਰਹੇ? ਇਹਨੇ ਦੂਸਰਾ ਵਾਰਾ ਕਰਨਾ ਹੈ ਡਿਲੀਵਰ, ਦੂਸਰਾ ਵਾਰਾ। ਹਾਂਜੀ, ਦੇਣ ਕਿੰਨੇ ਬਾਈ ਸ਼ਾਹ ਲੈ ਜਾਸ? ਤਕਰੀਬਨ ਇਹ ਇੱਕ ਹਫਤਾ ਪੱਕਾ ਲਾ ਜਾਵੇਗੀ ਜੀ, ਹਫਤੇ ਦੇ ਰਾਉਂਡ ਬੋਰਡ ਦੇਣ ਲੈ। ਹਾਂਜੀ, ਹਫਤੇ ਦੇ ਰਾਉਂਡ ਬੋਰਡ। ਪਿਛਲੇ ਵਾਰੇ ਦਾ ਕੀ ਮਿਲਕਿੰਗ ਰਿਕਾਰਡ ਰਿਹਾ ਬੈਟ ਦਾ? ਪਿਛਲੇ ਦਾ ਰਿਕਾਰਡ ਰਿਹਾ 20 ਲੀਟਰ ਦਾ। 20 ਲੀਟਰ ਦਾ ਥਣਾ ਛਣਾ ਦੀ ਕਲੀਅਰ ਬਾਈ ਸ਼ਾਹ? ਬਿਲਕੁਲ ਕਲੀਅਰ ਹੋਵੇਗੀ, ਹਰ ਪਾਸੋਂ ਕਲੀਅਰ। ਥਣ ਬੰਦ ਹੋਵੇ, ਕੋਈ ਗਨਾਲ ਗਿਲਟੀ ਹੋਵੇ, ਉਹਦੇ ਆਪਾਂ ਜਵਾਬ ਦਾ ਆਈ ਨਾਲ ਕਰੀ ਉਹ ਬੈਟ ਦੇ ਬਈ ਮੱਠਾ ਟੋਰ ਯਾਰ। ਬਾਈ ਸ਼ਾਹ ਦੀ ਕੀ ਡਿਮਾਂਡ ਹੈ ਵੈਟ ਨੰਬਰ 2 ਦੀ? ਸੋਹਣੀ ਨੰਬਰ 2 ਦਾ ਜੀ ਫਾਈਨਲ ਜਿਹੜਾ ਨਾ, ਸੋਹਣੀ ਜੀ ਗੱਲ, ਆਪਾਂ ਇਹਦਾ 5 ਲੱਖ ਰੁਪਇਆ ਲੈਣਾ ਪੂਰਾ ਟਾ ਲਿਆ ਸੂ। ਬਾਈ ਸ਼ਾਹ ਜਿਹੜੇ ਪੈਸੇ ਲੈ ਲੈਣੇ ਨੇ ਪਿਆਰ ਮੁਹੱਬਤ ਕਰਕੇ ਉਹ ਦੱਸ, ਇੱਕੋ ਗੱਲ ਡਿਮਾਂਡ ਤਾਂ ਆਪਾਂ ਅੱਗੇ ਵੀ ਜ਼ਿਆਦਾ ਕੋਈ ਨਹੀਂ ਕੀਤੀ। ਜੇ ਕੋਈ ਬਾਈ ਜੋੜਾ ਲੈ ਲੈਂਦੇ ਕਿੰਨੇ ਦਾ ਯਾਰ? ਜੋੜਾ ਲੈ ਲਵੇ ਬ੍ਰਾਹਮਾ ਵਾਸ ਗਿਫਟ ਹੈ ਪੂਰੇ 10 ਲੱਖ ਦਾ। ਪੂਰੇ 10 ਦਾ? ਪੂਰੇ 10 ਲੱਖ ਦਾ। 2,000 ਛੱਡਿਆ? ਹਾਂਜੀ, 20,000 ਛੱਡਿਆ। ਮਜ਼ੀਦ ਵੀ ਕੋਈ ਮੁਹੱਬਤ ਪਿਆਰ ਹੋ ਜਾ ਸੀ ਕੋਈ ਬਾਈ ਜੀ? ਹੋ ਜਾਵੇਗੀ ਜੀ। ਲਓ ਜੀ 10 ਲੱਖ ਦਾ ਜੋੜਾ, ਮਜ਼ੀਦ ਵੀ ਬਾਈ ਸ਼ਾਹ ਦਾ ਕਹਿਣਾਗੇ ਮੁਹੱਬਤ ਪਿਆਰ ਇਨਸ਼ਾਅੱਲਾ। ਦੋਨੋਂ ਜਨਾਬ ਕ੍ਰਾਸ ਬਰੀਡ ਦੇ ਜਾਨਵਰ ਨੇ, ਇਹ ਜਰਸੀ ਚੋਲਸਤਾਨੀ ਹੈ, ਨਾਲ ਜਿਹੜੀ ਵੈੜੀ ਹੈ ਚੋਲਸਤਾਨੀ ਫ੍ਰੀਜ਼ਨ। ਹਾਂਜੀ, ਚੋਲਸਤਾਨੀ। ਇਸੇ ਤਰ੍ਹਾਂ ਜੀ, ਇਸ ਤਰੀਕੇ ਜੀ, ਸੋਹਣੀ ਗੱਲ ਹੋ ਗਈ। ਲਓ ਜੀ ਮਾਸ਼ਾਅੱਲਾ ਜਨਾਬ, ਤੀਸਰੇ ਨੰਬਰ ਦਾ ਜਨਾਬ ਜਾਨਵਰ ਆ ਗਿਆ। ਬਾਈ ਸ਼ਾਹ ਦੀ ਕਿਹੜੀ ਨਸਲ ਹੈ ਇਸ ਵੈੜ ਦੀ? ਜਰਸੀ। ਅੱਛਾ ਜੀ, ਜਰਸੀ, ਠੀਕ ਹੈ। ਫੇਸ ਵਿਖਾਉਣੇ ਆ ਜੀ, ਇਹ ਫੇਸ ਚੈੱਕ ਕਰਨਾ ਮਾਸ਼ਾਅੱਲਾ ਜਰਸੀ ਦਾ। ਬਿਲਕੁਲ ਫੇਸ ਬੜਾ ਖੂਬਸੂਰਤ, ਇਹ ਤੁਸੀਂ ਚੈੱਕ ਕਰ ਸਕਦੇ ਹੋ। ਖਾਣ ਪੀਣ ਜਾਨਵਰਾਂ ਦਾ ਸਾਰਿਆਂ ਦਾ ਚੰਗਾ ਹੈ ਮਾਸ਼ਾਅੱਲਾ। ਜਰਸੀ ਦਾ ਕਿਹੜੀ ਨਸਲ ਨਾਲ ਕ੍ਰਾਸ ਹੈ? ਹਲਕਾ ਜਿਹਾ ਫ੍ਰੀਜ਼ਨ ਨਾਲ ਕ੍ਰਾਸ ਹੈ ਜੀ। ਠੀਕ ਹੋ ਗਿਆ ਜੀ। ਇੱਧਰ ਵੇਖਦਾ ਪਏ ਅੱਜ, ਇਹਨੂੰ ਕੋਈ ਪਤਾ ਨਹੀਂ ਮੈਂ ਕਦੋਂ ਸੋਣਾ, ਇਹਦੇ ਕੋਈ ਸ਼ੱਕ ਨਹੀਂ। ਠੀਕ ਹੈ, ਦੇਣ ਬਾਈ ਸ਼ਾਇਦ ਕਿੰਨੇ ਕੁ ਬੱਚੀ ਲੈ ਜਾ ਸੀ? ਇਹ ਤਕਰੀਬਨ ਹਫਤੇ ਤੋਂ ਉੱਤੇ 2 ਦਿਨ ਲਵੇਗੀ, 10 ਦਿਨ ਲੈ ਜਾਵੇ, 8 ਲੈ ਜਾਵੇ। ਪਿਛਲੇ ਵਾਰੇ ਦਾ ਕੀ ਮਿਲ ਗਈ ਰਿਕਾਰਡਿੰਗ ਪਰਾਂ ਟੋਰ ਸੁਖਣ ਵਾਲੇ?
ਪਿਛਲੇ ਜਿਹੜੀ ਹੁੰਦੀ ਹੈ ਵੈਸੇ ਮਿਲਕ ਵੱਲ ਅੱਛੀ ਰਹਿੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਥਣਾ ਛਣਾ ਦੀ ਬਾਈ ਕਲੀਅਰ ਹੈ ਜਨਾਬ। ਅਗਲੀ ਸਾਈਡ ਤੋਂ ਬੁੱਲ ਚੈੱਕ ਕਰਨੇ ਨੇ ਮਾਸ਼ਾਅੱਲਾ, ਹੱਥ ਦੀ ਚੁਆਈ ਵਾਲੇ ਬੁੱਲ ਨੇ, ਔਰ ਆਰਡਰ ਦੇ ਵੇਨਾ ਮਾਸ਼ਾਅੱਲਾ ਜਨਾਬ ਨਜ਼ਰ ਆ ਰਹੀਆਂ ਨੇ। ਹਾਂ ਨਹੀਂ ਮਾਸ਼ਾਅੱਲਾ ਠੀਕ, ਐਂ ਲਿਆ ਵੀ ਸ਼ਾਇਦ ਵਾਪਸ ਬੈ, ਸ਼ਾਇਦ ਇਹਦੀ ਕੀ ਡਿਮਾਂਡ ਹੈ? ਵੈਡ ਨੰਬਰ 3 ਦੀ, ਵੈਡ ਨੰਬਰ 3 ਜੀ, ਸੋਹਣੀ 5 ਲੱਖ ਰੁਪਏ ਲੈ, ਨਹੀਂ ਪਿਆਰ ਜਰਸੀ ਹੈ ਇਹ, ਜਿਹੜੇ ਭਰਾ ਪਹਿਚਾਣਦੇ ਨਾ ਨਸਲ ਨੂੰ ਜੀ ਜੀ, ਉਹਨੇ ਪਰਖ ਕਰਨੀ ਹੈ ਇਹ ਬਰਾ ਜਾਣਦੇ ਆਖੀ ਰੇਟ ਕਰਨਾ ਪਿਆਰ ਮੁਬਾਰਕ ਕਰ ਗਿਆ ਜਰਸੀ ਕਿੰਨੇ ਦੀ ਦੇ, ਜਿਵੇਂ ਮਲਮਲ ਦਾ ਕਪੜਾ ਹੁੰਦਾ ਇਹਨੇ ਬਣੀ, ਨਹੀਂ ਸੋਹਣੀ ਹੈ ਮਾਸ਼ਾਅੱਲਾ, ਬਰੀਕ ਬਰੀਕ ਵੈਡ ਬਰੀਕ, ਦੱਸੋ ਜੀ ਬਾਈ ਪੂਰਾ 5 ਲੱਖ ਰੁਪਈਆ ਹੀ ਇਹਦਾ ਵੀ, ਨਹੀਂ ਥੋੜਾ ਜਿਹਾ ਮਬਲ ਪਿਆਰ ਕਰ ਯਾਰ, ਮੈਂ ਕੈਮਰਾ ਤੇਰੇ ਲ ਕਰ ਦਿੱਤਾ, ਲੋ ਜੀ 4,70,000 ਰੁਪਈਆ ਲੈਣਾ ਆਖਰੀ ਰੇਟ, ਆਖਰੀ ਰੇਟ ਲਓ ਜੀ ਬਾਈ ਸ਼ਾਹ ਨੇ ਪਿਆਰ ਮੁਬਲ ਮੈਂ ਕੈਮਰਾ ਉਧਰ ਕੀਤਾ ਕਰ ਦਿੱਤਾ 4,70,000 ਜੀ, ਤੀਸਰੇ ਨੰਬਰ ਦਾ ਮਾਸ਼ਾਅੱਲਾ ਜਨਾਬ ਜਾਨਵਰ ਹੈ ਜਰਸੀ ਕ੍ਰਾਸ ਹੈ ਵੈੜੀ, ਇਹ ਦੇਖੋ ਆਰਡਰ ਵੀ ਮਾਸ਼ਾਅੱਲਾ ਬੜਾ ਖੂਬਸੂਰਤ, ਮਜ਼ੀਦ ਵੀ ਇਨਸ਼ਾਅੱਲਾ ਆਰਡਰ ਜਿਹੜਾ ਸੋਹਣਾ ਬਣਾਵੇਗੀ, ਲਓ ਜੀ ਵੈਡ ਨੰਬਰ 4 ਆ ਗਈ ਬਾਈ ਸ਼ਾਹ, ਇਹਦਾ ਵਾਰਾ ਕਿਤਵਾ ਜੀ, ਇਹ ਦੂਸਰਾ ਵਾਰਾ ਸੂਈ ਖੜੀ ਹੈ ਜੀ, ਦੂਸਰਾ ਵਾਰਾ ਸੂਈ ਹੋਈ ਹੈ, ਹਾਂਜੀ ਕਿੰਨੇ ਦਿਨਾਂ ਦੀ ਸੂਈ? ਇਹਨੂੰ ਤਕਰੀਬਨ ਹੋ ਗਏ ਜੀ 10 ਦਿਨ ਹੋਏ ਨੇ ਸੂਈ ਨੂੰ ਜੀ, 10 ਦਿਨ ਮਤਲਬ ਹੋ ਗਏ, ਹਾਂਜੀ ਪਿੱਛੇ ਬੱਚਾ ਕੀ? ਬੱਚੀ ਹੈ ਜੀ, ਪਿੱਛੇ ਬੱਚੀ ਹੈ, ਹਾਂਜੀ ਇਹ ਬੱਚੀ ਹੈ ਪਿੱਛੇ, ਕੀ ਕੰਡੀਸ਼ਨ ਸੁਆਦਰ ਮੌਕੇ ਦੇ, ਕਿਉਂਕਿ ਹੁਣ ਤਾਂ ਦੁੱਧ ਆ ਗਈ ਤਾਂ ਜ਼ਹਿਰੀ ਗੱਲ ਹੈ, ਕਿਉਂਕਿ 10 ਦਿਨ ਹੋ ਗਏ ਨੇ, ਉਹਦਾ ਲਾਇਆ ਸੂ ਪਿੱਛੇ, ਅੱਛਾ ਇਹ ਬੱਚੀ ਮਾਸ਼ਾਅੱਲਾ ਸੋਹਣੀ ਹੈ ਬੱਚੀ, ਕੀ ਕੰਡੀਸ਼ਨ ਹਾਜ਼ਰ ਮੌਕੇ ਤੇ ਬਾਈ ਸ਼ਾਹ? ਕਹਿੰਦਾ ਜੀ ਇੱਕ ਥਾਂ ਬੱਚੀ ਨੂੰ ਪਿਲਾਉਣਾ ਆਪਣੀ ਮਰਜ਼ੀ ਨਾਲ, ਠੀਕ ਹੈ, ਚਾਹੇ ਅਗਲਾ ਪਿਲਾਣ ਚਾਹੇ ਪਿਛਲਾ ਪਿਲਾਣ, ਠੀਕ ਹੈ, ਪਿਲਾ ਕੇ ਜੀ 17-18 ਲੀਟਰ ਦੁੱਧ ਰਿਕਾਰਡ ਹੈ ਜੀ, 17-18 ਲੀਟਰ ਕਰਦੀ ਪਈ ਹਾਜ਼ਰ ਮੌਕੇ, ਕਰਦੀ ਪਈ ਜੀ ਹਾਜ਼ਰ ਮੌਕੇ, 10 ਦਿਨ ਦੀ ਸੂਈ ਐਂ ਨੂੰ ਆਣ ਦੇ, ਹਾਂਜੀ ਬਾਈ ਸ਼ਾਹ ਇਹਦੀ ਕੀ ਡਿਮਾਂਡ ਹੈ? ਚੌਥੇ ਨੰਬਰ ਦੇ ਜਾਨਵਰ ਦੀ ਸੁਣਾਓ ਗੱਲ ਤੇ ਗੱਲ ਮੁਕਾਈਏ ਫਿਰ, ਚੌਥੇ ਨੰਬਰ ਦਾ ਜੀ 4,60,000 ਰੁਪਈਆ, 4,60,000, 4,60,000 ਪਿਆਰ ਮੁਬਲ ਕਰਕੇ ਆਖਰੀ ਜਿਹੜਾ ਰੇਟ ਜਿਹੜੇ ਪੈਸੇ ਲੈ ਲੈਣੇ ਨੇ ਉਹ ਕਿੰਨੇ ਨੇ? 4,30,000 ਰੁਪਈਆ ਲੈਣਾ, 4,30,000 ਹਾਂਜੀ, ਥਣਾ ਛਣਾ ਦੀ ਕਲੀਅਰ ਹੈ, ਥਣਾ ਦੀ ਕਲੀਅਰ ਹੈ, ਚੋਣ ਨੂੰ ਬਿਲਕੁਲ ਸੀਲ ਸਾਊ ਡੰਗੇ ਦੀ ਵੀ ਲੋੜ, ਸੀਲ ਸਾਊ ਇੱਥੇ ਅੱਗੇ ਆ ਨੰਬਰ 10 ਆਦਾ, ਬਸ ਛੱਡ ਦੇ ਬਗਾ ਥੱਲੇ ਲੱਗ ਜਾਏਗੀ ਆਪੇ ਇਸ ਪਾਸੇ ਆ, ਦੱਸੋ ਜੀ ਰਾਬਤਾ ਨੰਬਰ ਦੱਸ, 0306 ਜੀ 85-32-614 ਫਿਰ ਦੱਸ, 0306 85-32-614 ਠੀਕ ਹੈ, ਵਟਸਐਪ ਨੰਬਰ ਹੈ ਤੇ ਕਾਲ ਨੰਬਰ ਵੀ, ਲਓ ਜੀ ਬਾਈ ਸ਼ਾਹ ਦਾ ਜਨਾਬ ਰਾਬਤਾ ਨੰਬਰ ਹੈ, ਚਾਰੇ ਜਾਨਵਰ ਮਾਸ਼ਾਅੱਲਾ ਜਨਾਬ ਕ੍ਰਾਸ ਬਰੀਡ ਦੇ ਨੇ, ਖੂਬਸੂਰਤ ਜਾਨਵਰ ਸਾਰੇ, ਅੱਲਾ ਨਜ਼ਰੇ ਬਾਤੂ ਬਚਾਇਆ ਜਿਹੜਾ ਬਾਈ ਲੈ ਕੇ ਜਾਵੇ, ਅੱਲਾ ਤਾਲਾ ਜਨਾਬ ਸੋ ਬਾਈ ਦੇ ਨਸੀਬ ਕਰੇ, ਲੋਕੇਸ਼ਨ ਜਿਹੜੀ ਜਨਾਬ ਤਹਿਸੀਲ ਦੀਪਾਲਪੁਰ ਡਿਸਟ੍ਰਿਕਟ ਕੁਕੜਾ ਜਨਾਬ ਸਾਡੀ ਲੋਕੇਸ਼ਨ ਹੈ, ਇਹ ਚਾਰੇ ਜਾਨਵਰ ਜਨਾਬ ਤੁਹਾਨੂੰ ਇਕੱਠੇ ਵਿੱਚ ਲਾ ਫਰਾ ਕੇ ਤੁਹਾਡਾ ਤਸੱਲੀ ਕਰਾ ਦਿੰਦੇ, ਵੀਡੀਓ ਜਨਾਬ ਪਸੰਦ ਆਵੇ ਵੀਡੀਓ ਨੂੰ ਲਾਈਕ ਕਰੋ, ਦੋਸਤਾਂ ਨਾਲ ਜਨਾਬ ਸ਼ੇਅਰ ਜ਼ਰੂਰ ਕੀਤਾ ਕਰੋ, ਮਿਲਾਂਗੇ ਜਨਾਬ ਇੱਕ ਅੱਛੀ ਔਰ ਲਾਜਵਾਬ ਵੀਡੀਓ ਦੇ ਨਾਲ, ਆਪਣੇ ਮੇਜ਼ਬਾਨ ਅਫਜ਼ਾਲ ਅਹਿਮਦ ਨੂੰ ਦਿਓ ਇਜਾਜ਼ਤ, ਅੱਲਾ ਨਿਗਹਬਾਨ।